ਕੱਲ ਦੇਸ਼ ਪ੍ਰਦੇਸ਼ ਨਾਲ ਜੁੜੇ ਤਮਾਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਖੈਰ ਸੁੱਖ ਨਾਲ ਹੋਵੋਗੇ, ਆਨੰਦ ਮਾਣ ਰਹੇ ਹੋਵੋਗੇ। ਨਵਾਂ ਸਾਲ ਚੜ੍ਹਿਆ ਔਰ ਇਸ ਨਵੇਂ ਵਰ੍ਹੇ ਦੇ ਵਿੱਚ ਬਹੁਤ ਸਾਰੇ ਤੁਹਾਡੇ ਪਲਾਨਿੰਗਸ ਹੋਣਗੀਆਂ। ਕਈਆਂ ਨੇ ਵਿਦੇਸ਼ਾਂ ਦੇ ਵਿੱਚ ਜਾਣਾ, ਉਹਨਾਂ ਲਈ ਸਾਡਾ ਸ਼ੋ ਸਮਰਪਿਤ ਹੁੰਦਾ ਕਿ ਅਸੀਂ ਨਵੇਂ ਰੂਲ ਐਂਡ ਰੈਗੂਲੇਸ਼ਨ ਦੱਸ ਸਕੀਏ ਕਿ ਕੀ ਆਪਸ਼ਨਸ ਨੇ। ਅੱਜ ਅਸੀਂ ਜਿਹੜੀਆਂ ਆਪਸ਼ਨਸ ਲੈ ਕੇ ਆਏ ਬੱਚਿਆਂ ਲਈ, ਉਹ ਕੈਨੇਡਾ ਦੀਆਂ ਔਰ ਸਪੈਸ਼ਲੀ US ਦੀਆਂ। ਕੈਨੇਡਾ ਦਾ ਇੱਕ ਸਪੈਸ਼ਲੀ ਜਿਹੜਾ ਕਾਲਜਸ ਹੈਗਾ, ਨੌਰਥ ਵੈਸਟ ਕਾਲਜ ਜਿਹੜਾ ਹੈਗਾ, ਕਮਿਊਨਿਟੀ ਕਾਲਜ ਹੈ ਜਿਹੜਾ, ਉਹ ਕਾਲਜ ਸਪੈਸ਼ਲੀ ਪੰਜਾਬ ਦੇ ਵਿੱਚ ਆ ਰਿਹਾ, ਇੰਡੀਆ ਦੇ ਵਿੱਚ ਆ ਰਿਹਾ, ਹਰਿਆਣਾ 'ਚ ਆ ਰਿਹਾ। ਉਹਨਾਂ ਦਾ ਜਿਹੜਾ ਹੈਗਾ ਕੋਸ਼ਿਸ਼ ਇੱਕ ਵੈਸਟਰਨ ਓਵਰਸੀਜ਼ ਵੱਲੋਂ ਕੀਤੀ ਗਈ ਹੈ ਕਿ ਔਨ ਸਪੋਟ ਐਡਮਿਸ਼ਨਸ ਦਾ ਜ਼ਰੀਆ, ਜਿਹੜੇ ਵਿਦਿਆਰਥੀਆਂ ਕੋਲ ਔਫਰ ਲੈਟਰ ਨਹੀਂ ਹੈ ਜਾਂ ਇਸ ਚੀਜ਼ ਤੋਂ ਘਬਰਾ ਰਹੇ ਨੇ ਕਿ ਰੂਲ ਚੇਂਜ ਨਾ ਹੋ ਜਾਣ, ਕਿਤੇ ਮੈਂ 6 ਬੈਂਡ ਈਚ ਨਾ ਲੈ ਪਾਵਾਂ, ਮੈਨੂੰ ਮੌਕੇ 'ਤੇ ਦਾਖਲਾ ਨਾ ਮਿਲੇ, ਮੇਰੀ ਫਾਈਲ ਨਾ ਲੱਗੇ, ਇਸ ਤਰ੍ਹਾਂ ਦੇ ਸਵਾਲ ਜਿਨ੍ਹਾਂ ਦੇ ਮਨਾਂ ਦੇ ਵਿੱਚ ਨੇ। ਵੈਸੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਬਟ ਫਿਰ ਵੀ ਇਹ ਕਾਲ ਦਾ ਲਾਭ ਜਿਹੜਾ ਹੈਗਾ ਤੁਸੀਂ 15 ਜਨਵਰੀ ਨੂੰ 3 ਤੋਂ 5 ਵਜੇ ਤੱਕ ਚੰਡੀਗੜ੍ਹ ਵੈਸਟਰਨ ਓਵਰਸੀਜ਼ ਦੇ ਦਫ਼ਤਰ 'ਚ ਉਠਾ ਸਕਦੇ ਹੋ। ਦੂਸਰਾ ਮੁੱਦਾ ਸਾਡਾ ਰਹੇਗਾ, ਇਸ ਕਾਲ ਦੀਆਂ ਅਸੀਂ ਗੱਲਾਂ ਬਾਤਾਂ ਕਰਾਂਗੇ, ਫੈਸਿਲਿਟੀਜ਼ ਕੀ ਨੇ, ਅਕੋਮੋਡੇਸ਼ਨਸ ਦੀ ਗੱਲ ਹੋਏਗੀ, ਪ੍ਰੋਗਰਾਮਸ ਦੀ ਗੱਲ ਹੋਏਗੀ, UG ਦੀ ਹੋਏਗੀ, PG ਦੀ ਹੋਏਗੀ, ਹੋਰ ਕਾਫੀ ਸਾਰੀਆਂ ਪ੍ਰੋਗਰਾਮਸ ਦੀਆਂ ਰਿਕੁਆਇਰਮੈਂਟਸ ਨੇ, ਉਹਦੇ ਬਾਰੇ ਗੱਲ ਕਰਾਂਗੇ। ਦੂਸਰਾ ਮੁੱਦਾ ਰਹੇਗਾ ਸਾਡਾ US ਕਮਿਊਨਿਟੀ, US ਦਾ ਜਿਹੜਾ ਪ੍ਰੋਗਰਾਮ ਹੈਗਾ, ਉਹਦੇ ਵਿੱਚ ਅਸੀਂ ਗੱਲਬਾਤ ਜਿਹੜੀ ਹੈਗੀ ਕਰਨ ਜਾ ਰਹੇ ਹਾਂ ਇਸ ਕਾਲਜ ਦੀ, ਕਿ ਕਮਿਊਨਿਟੀ ਕਾਲਜ ਆਫ ਸਪੋਕੇਨ, ਸਪੋਕਨ ਨਹੀਂ ਸਪੋਕੇਨ ਇਹਦਾ ਨਾਮ ਹੈਗਾ, ਉਸ ਕਾਲਜ ਦੇ ਰਿਪ੍ਰੈਜੈਂਟੇਟਿਵ ਜਿਹੜੇ ਆ ਰਹੇ ਨੇ ਉਹ 16 ਤਰੀਕ ਨੂੰ ਆ ਰਹੇ ਨੇ, ਉਹਨਾਂ ਬਾਰੇ ਵੀ ਜਿਹੜੀ ਹੈਗੀ ਗੱਲਬਾਤ ਕਰਾਂਗੇ। ਸੋ ਇਸ ਤੋਂ ਇਲਾਵਾ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਤੱਕ ਜਦੋਂ ਤੱਕ ਪਿਛਲੇ ਬੱਚੇ ਨੇ 15, 16, 17 ਪਾਸ ਆਊਟ ਨੇ, 18 ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਆਪਸ਼ਨਸ ਤੁਹਾਡੇ ਕੋਲ ਵੈਸਟਰਨ ਓਵਰਸੀਜ਼ ਲੈ ਕੇ, ਉਹਦੇ ਬਾਰੇ ਅਸੀਂ ਪ੍ਰਦੀਪ ਜੀ ਨੂੰ ਸਪੈਸ਼ਲੀ ਜਿਹੜਾ ਹੈਗਾ ਅੱਜ ਸ਼ੋਅ ਦੇ ਵਿੱਚ ਸੱਦਾ ਦਿੱਤਾ। ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਪ੍ਰਦੀਪ ਜੀ ਕਿੱਦਾਂ ਸਿਹਤ ਹੁਣ? ਬੜੀ ਅੱਛੀ, ਤੰਦਰੁਸਤ ਹੈ? ਗੁੱਡ ਬਲੈਸ। ਐਂਡ ਸ਼ੁਰੂਆਤ ਕਰੀਏ ਜੀ ਆਪਾਂ ਔਨ ਸਪੋਟ ਐਡਮਿਸ਼ਨ 15 ਤਰੀਕ ਨੂੰ ਕਰਨ ਜਾ ਰਹੇ ਹੋ, ਨੌਰਥ ਵੈਸਟ ਕਮਿਊਨਿਟੀ ਕਾਲਜ ਜਿਹੜਾ ਆ ਰਿਹਾ ਹੈਗਾ, ਇਹਦੀ ਮੈਂ ਥੋੜ੍ਹੀ ਜਿਹੀ ਰਿਕੁਆਇਰਮੈਂਟ ਬਾਰੇ ਜਾਣਨਾ ਚਾਹੂੰਗਾ। ਰਿਕੁਆਇਰਮੈਂਟ ਤੋਂ ਪਹਿਲਾਂ ਅੱਛਾ ਹੈ ਕਿ ਲੋਕੇਸ਼ਨ ਬਾਰੇ ਥੋੜ੍ਹਾ ਦੱਸਿਆ ਜਾਵੇ ਜੀ। ਦੇਖੀਏ, ਨੌਰਥ ਵੈਸਟ ਕਮਿਊਨਿਟੀ ਕਾਲਜ ਹੈ, ਇਹ ਇੱਕ ਨੋਨ SPP ਕਾਲਜ ਹੈ, ਲੇਕਿਨ ਕਾਲਜ ਬਹੁਤ ਬੜੀਆ ਹੈ। ਬ੍ਰਿਟਿਸ਼ ਕੋਲੰਬੀਆ ਮੈਂ ਇਹ ਕਾਲਜ ਪੜ੍ਹਦਾ ਹੈ, ਟੈਰਿਸ ਸਿਟੀ ਹੈ ਵਹਾਂ ਪੇ ਹੈ, ਜਿਸਨੇ ਪ੍ਰਿੰਸ ਜੋਰਜ ਸਿਟੀ ਕਾ ਨਾਮ ਸੁਣਾ ਹੋਗਾ ਤੋ ਉਸਕੇ ਪਾਸ ਇਹ ਪੜ੍ਹਤਾ ਹੈ, ਟੈਰਿਸ ਸਿਟੀ। ਤੋ ਯਹਾਂ ਪੇ PG ਪ੍ਰੋਗਰਾਮ ਹੈ ਐਂਡ UG ਅੰਡਰਗ੍ਰੈਜੂਏਟ ਪ੍ਰੋਗਰਾਮ ਹੈ। ਸਭਸੇ ਬੜੀ ਬਾਤ ਹੈ ਕਿ ਇੱਥੇ PG ਹੈ ਚਾਹੇ ਅੰਡਰਗ੍ਰੈਜੂਏਟ ਹੈ, ਸਭ ਕੀ ਰਿਕੁਆਇਰਮੈਂਟ 6 ਬੈਂਡ ਨੋ ਲੈਸ ਦੈਨ 5.5 ਹੈ। ਸਟੂਡੈਂਟ ਸੈਟਿਸਫੈਕਸ਼ਨ ਯਹਾਂ ਕਾ 97% ਐਂਡ ਅਬੋਵ ਹੈ, ਮਤਲਬ ਜੋ ਸਟੂਡੈਂਟਸ ਯਹਾਂ ਸੇ ਪੜ੍ਹ ਕੇ ਜਾਤਾ ਹੈ ਉਸਕੀ ਜੋਬ ਕੀ ਚਾਂਸਿਸ ਪੂਰੇ ਹਾਈ ਰਹਤੇ ਹੈ। ਤੋ ਕਾਲਜ ਕੇ ਡੈਲੀਗੇਟਸ ਆ ਰਹੇ ਹੈ, ਕਾਲਜ ਕੇ ਡੈਲੀਗੇਟਸ ਕਾ ਨਾਮ ਮੈਂ ਬਤਾਊਂਗਾ, ਮਿਸਟਰ ਕੇਂਟ ਵਰਟ ਹੈ, ਪ੍ਰੈਜੀਡੈਂਟ ਹੈ ਜੀ ਇਹ ਨੌਰਥ ਵੈਸਟ ਕਮਿਊਨਿਟੀ ਕਾਲਜ ਕੇ, ਮਿਸਟਰ ਕੈਂਟ ਮਿਸਟਰ ਕੇਨ ਆ ਰਹੇ ਹੈ। ਪਲੱਸ ਮੈਂ ਮਿਸਟਰ ਡੈਰਿਕ ਹੈ, ਇਹ ਹੈ ਪ੍ਰੈਜੀਡੈਂਟ ਇੰਟਰਨੈਸ਼ਨਲ, ਇਹ ਦੋ ਮੇਰੇ ਪਾਸ ਰਹੇਗੇ 3-5 ਚੰਡੀਗੜ੍ਹ ਆਫਿਸ 15 ਤਾਰੀਖ ਕੋ। ਤੋ ਜੋ ਕੈਨੇਡਾ ਜਾਣੇ ਵਾਲੇ ਸਟੂਡੈਂਟਸ ਹੈ ਉਨ ਸਭੀ ਕੇ ਜਿਤਨੇ ਵੀ ਡਾਊਟਸ ਹੈ ਕਿ ਜੀ ਫਰਵਰੀ ਮੈਂ ਰੂਲ ਚੇਂਜ ਹੋ ਜਾਏਗੇ ਔਰ ਕਿਆ ਹੋ ਸਕਤਾ ਹੈ ਕਿਆ ਨਹੀਂ ਹੋ ਸਕਤਾ ਹੈ, ਤੋ ਆਪ ਡੈਲੀਗੇਟ ਸੇ ਮਿਲ ਕੇ ਕਾਲਜ ਕਾ ਪ੍ਰੈਜੀਡੈਂਟ, ਮਤਲਬ ਪ੍ਰੈਜੀਡੈਂਟ ਆਨੇ ਕਾ ਮਤਲਬ ਇੱਕ ਤਰ੍ਹਾਂ ਸੇ ਜੀ ਓਨਰ ਹੋਤੇ ਹੈ ਪ੍ਰੈਜੀਡੈਂਟ, ਠੀਕ ਹੈ। ਤੋ ਇਹ ਆ ਰਹੇ ਹੈ, ਤੋ ਬਹੁਤ ਕਮ ਕਾਲਜ ਹੈ ਜਿਨਕੇ ਪ੍ਰੈਜੀਡੈਂਟ ਆ ਰਹੇ ਹੈ, ਇਹ ਫਸਟ ਟਾਈਮ ਇੰਡੀਆ ਮੈਂ ਆ ਰਹੇ ਹੈ। ਤੋ ਆਪ ਜਿਤਨੇ ਵੀ ਉਥਲ ਪੁਥਲ ਹੋ ਰਹੇ ਹੈ ਕਿ ਬਈ SDS ਆਏਗਾ, ਕਿਆ ਰਿਕੁਆਇਰਮੈਂਟ ਚੇਂਜ ਹੋ ਜਾਏਗੀ, ਕੈਸੇ ਹੋਗਾ ਕੈਸੇ ਨਹੀਂ ਹੋਗਾ, ਤੋ ਯੂ ਆਲ ਵਿਲ ਗੈਟ ਦਾ ਚਾਂਸ ਟੂ ਮੀਟ ਡਾਇਰੈਕਟਲੀ, ਮਤਲਬ ਡਾਇਰੈਕਟਲੀ ਆਪ ਮਿਲ ਸਕਤੇ ਹੈ, ਜਿਤਨੇ ਕੁਸ਼ਚਨ ਹੈ ਉਨ ਸਭ ਕੇ ਆਂਸਰ ਲੈ ਸਕਤੇ ਹੈ। 3-5 ਇਹ ਹੋਗਾ, ਪਲੱਸ ਮੈਂ ਉਸਕੇ ਬਾਅਦ ਹਮ ਇੱਕ ਪ੍ਰੈਸ ਕਾਨਫਰੰਸ ਵੀ ਕਰੇਂਗੇ, ਮਤਲਬ ਜਿਸ ਮੈਂ ਰਿਪੋਰਟਰ ਹੋਗੇ, ਤੋ ਉਨਕੋ ਵੀ ਸਮੇਂ ਦਿਆ ਗਿਆ ਹੈ ਤਾਂ ਕਿ ਜੋ ਨਏ ਰੂਲਸ ਆ ਰਹੇ ਹੈ ਜਾਂ ਜੋ ਵੀ ਸਿਸਟਮ ਬਨੇਗਾ ਅੱਗੇ, ਉਨ ਸਭ ਕੋ ਵੀ ਇਹ ਲੋਕ ਐਡਵਾਈਜ਼ ਕਰੇਂਗੇ, ਬਤਾਏਂਗੇ ਕਿ ਕਿਸ ਤਰੀਕੇ ਸੇ ਆਗੇ ਚੱਲੇਗਾ ਜੀ। ਪ੍ਰਦੀਪ ਜੀ, 1/3 ਜਨਵਰੀ ਦਾ ਲੰਘ ਚੁੱਕਿਆ, 2018 ਦੇ 10 ਦਿਨ 9-10-11 ਦਿਨ ਗਏ ਜਿਹੜੇ ਨੇ ਗੁਜ਼ਰ ਚੁੱਕੇ ਨੇ। SDS ਦਾ ਰੇੜਕਾ ਹਲੇ ਵੀ ਜਾਰੀ ਹੈ, ਬਹੁਤ ਸਾਰੇ ਬੱਚੇ ਡਰੇ ਹੋਏ ਨੇ, ਜਿਵੇਂ ਤੁਸੀਂ ਗੱਲ ਕਿਹਾ ਕਿ ਉਥਲ ਪੁਥਲ ਹੋ ਰਹੇ ਨੇ ਕਿ ਬੱਚਿਆਂ ਨੂੰ ਘਬਰਾਹਟ ਹੈ ਕਿ 30 ਤਰੀਕ ਤੋਂ ਪਹਿਲਾਂ ਔਫਰ ਲੈਟਰ ਲੈ ਕੇ ਮੈਂ ਐਡਮਿਸ਼ਨ ਲੈ ਕੇ ਆਪਣੀ ਜਿਹੜੀ ਹੈ ਫਾਈਲ 30 ਤਰੀਕ ਤੱਕ ਜਮ੍ਹਾਂ ਕਰਾ ਦਾਂ। ਉਹਨਾਂ ਲਈ ਬਹੁਤ ਅੱਛੇ ਮੌਕੇ ਨੇ, ਪਰ ਅਸੀਂ ਇਸ ਚੀਜ਼ ਦੇ ਨਾਲ ਨਾਲ ਇੱਕ ਕਮੈਂਟ ਕਰ ਰਹੇ ਹਾਂ, ਇੱਕ ਵਰਡ ਹੈ ਸਾਡਾ, ਇੱਕ ਐਕਸਪਲੇਨੇਸ਼ਨ ਹੈਗੀ, ਇੱਕ ਸਾਡੀ ਸਟੇਟਮੈਂਟ ਹੈ ਕਿ ਘਬਰਾਹਟ ਕਰਕੇ ਕਾਲਜ ਨਹੀਂ ਆ ਰਹੇ ਕਿ ਤੁਸੀਂ ਘਬਰਾਏ ਹੋਏ ਹੋ, ਇਸ ਕਰਕੇ ਆ ਰਹੇ ਨੇ ਕਿ ਬਹੁਤ ਸਾਰੇ ਬੱਚਿਆਂ ਦੇ ਮਨ 'ਚ ਇਹ ਹੁੰਦਾ ਪ੍ਰਦੀਪ ਜੀ ਕਿ 6 ਬੈਂਡ ਸ਼ਾਇਦ ਨਾ ਆਉਣ, ਮੈਂ ਆਪਣਾ ਸਮਾਂ ਖਰਾਬ ਨਾ ਕਰਾਂ, ਜਾਂ ਕਈਆਂ ਨੂੰ ਲੱਗਦਾ ਕਿ ਮੈਂ 16 ਪਾਸ ਆਊਟ ਹਾਂ, ਹੁਣ ਮੈਂ ਦੁਬਾਰਾ ਆਇਲਸ ਕਰੂੰਗਾ, 18 ਮੇਰਾ ਨਿਕਲ ਜਾਣਾ, 19 ਜਾ ਕੇ ਮੈਂ ਕੈਨੇਡਾ ਜਾਣ ਦਾ ਲਾਇਕ ਨਹੀਂ ਰਹੂੰਗਾ। ਬਟ ਮੈਂ ਉਸ ਤੋਂ ਪਹਿਲਾਂ ਇੱਕ ਚੀਜ਼ ਪੁੱਛਣੀ ਚਾਹੂੰਗਾ, ਠੀਕ ਹੈ ਤੁਹਾਡਾ ਵੀ ਉਪਰਾਲਾ ਅੱਛਾ, ਬਹੁਤ ਸਾਰੀਆਂ ਜਿਹੜੀਆਂ ਹੋਰ ਕੰਪਨੀਜ਼ ਨੇ ਵੀ ਅੱਛਾ ਉਪਰਾਲਾ ਕਰ ਰਹੇ ਨੇ ਕਿ ਬੱਚੇ ਨੂੰ ਅਸੀਂ ਮੌਕਾ ਦਈਏ ਪਹਿਲਾਂ 3 ਜਨਵਰੀ ਤੋਂ, ਪਰ ਤੁਹਾਡੇ ਮੁਤਾਬਕ ਆਫਿਸ਼ਲੀ ਅਨਾਊਂਸਮੈਂਟ, ਆਫਿਸ਼ਲੀ ਮੇਲ, ਕੋਈ ਇੰਡੀਕੇਸ਼ਨ ਸ਼ੁਰੂ ਹੋਏ, ਕਿਉਂਕਿ 10 ਦਿਨ ਲੰਘੇ। ਹੋਨੈਸਟਲੀ ਅਭੀ ਐਸਾ ਕੁਛ ਵੀ ਨਹੀਂ ਹੈ, ਹਾਂ ਕਾਲਜ ਕੀ ਮੇਲ ਆਣੀ ਸਟਾਰਟ ਹੋ ਗਈ, ਕੁਛ ਕਾਲਜੋ ਨੇ ਆਪਣਾ ਐਂਟਰੀ ਕ੍ਰਾਈਟੇਰੀਆ ਚੇਂਜ ਕਰ ਦਿਆ ਹੈ, ਲਾਈਕ 6 ਈਚ ਕਰ ਦਿਆ ਹੈ, ਤੋ ਉਸ ਕੋ ਪਰਸਨਲੀ ਕੀਤਾ ਨਾ, ਹਲੇ ਪਰਸਨਲੀ ਕੀਆ ਹੈ, ਉਸ ਕੋ ਲੈ ਕੇ ਵੀ ਕਹੀਂ ਨਾ ਕਹੀਂ ਇਹ ਡਰ ਬਣਾ ਹੋਇਆ ਕਿ ਹੋ ਸਕਦਾ
और सी आई कैन प्लस में और हायर अथॉरिटी मिलके ये सारी चीजें कर रही हैं, ये रोज के मतलब नए अपडेट्स आ रहे हैं, तो उन चीजों को देखते हुए थोड़ा सा ये लगता है कि हो सकता है हो जाए एसडीएस आ जाए, क्योंकि इमिग्रेशन तो एक बार बम फोड़ना, उन्होंने तो मतलब वेबसाइट्स पे डाल देनी है, प्लस में इन्फॉर्मेशन जो आनी है वो आएंगे ही आएंगे, बट इट टेक टाइम। ऑफिशियली अभी अनाउंस नहीं है, बट कहीं ना कहीं एक होता है ना जब समुंदर में लहरें उठती हैं या तूफान आना होता है, तो उससे पहले कुछ ना कुछ थोड़ा बहुत कुछ ऐसे हाव भाव हो जाते हैं, तो वो इस तरह से हाव भाव एक तरह से कॉलेज वो देने स्टार्ट हो गए कि उन्होंने सक्सीड कर दिया। पॉसिबिलिटीज आर देयर कि होगा, पॉसिबिलिटीज है, गारंटी कुछ नहीं है क्योंकि ऑफिशियली अनाउंस नहीं है, लेकिन जिन कॉलेजों ने चेंज किया है अपना एंट्री क्राइटेरिया तो कहीं ना कहीं सोच समझ के किया होगा, तो हम इन्हीं चीजों को लेके एक तरह से ये चीज भाप भी रहे कि पॉसिबिलिटीज आर देयर। जी हूँ एक बार फिर गल करिए जी, नॉर्थ वेस्ट कम्युनिटी कॉलेज जो कि मेरे ख्याल बीसी का ब्रिटिश कॉलेज है, ब्रिटिश कोलंबिया का, तुसी दी डिटेल दस चुके हो, लोकेशंस दी डिटेल दस चुके हो, किस तरह के प्रोग्राम ने इनके को? देखिए प्रोग्राम इनके पास पीजी डिप्लोमा इन बिजनेस है, किसी भी स्ट्रीम का स्टूडेंट चाहे उसने बैचलर किसी भी स्ट्रीम में की है, चाहे बीकॉम है, चाहे बीबीए है, चाहे बीसीए है, चाहे बीटेक है, वो पीजी डिप्लोमा इन बिजनेस कर सकता है। रिक्वायरमेंट इज 6 बैंड नो लेस देन 5.5। दूसरे इसके अलावा, और ये कॉलेज बहुत, ये कोर्स बहुत पॉपुलर है वहाँ पे, इसके अलावा जो बिजनेस के भी प्रोग्राम्स है अंडर ग्रेजुएट में, लाइक अपना यूजी डिप्लोमा है बिजनेस का, इसके अलावा क्रिमिनोलॉजी का डिप्लोमा है, इसके अलावा एसोसिएट डिग्री साइंस में है, जो साइंस स्टूडेंट्स हैं वो जा सकते हैं, इन्वायरमेंटल साइंस प्रोग्राम है जो मेडिकल स्टूडेंट्स हैं उनके लिए भी, सोशल सर्विस वर्कर है, और इसके अलावा अर्ली चाइल्डहुड एजुकेशन का भी है। 6 बैंड नो लेस देन 5.5, 7-8 प्रोग्राम्स है, इनटेक आपका फैब है, जितना जल्दी आप आएंगे ग्रैब करेंगे, इट विल बी मोर बेटर फॉर ऑल ऑफ अस। जी जी गल हो रही है हूँ अगर प्रोग्राम्स चेंज होने की, कानून चेंज होने की, जिमें हम तुम गल कर रहे हो कि कॉलेज जी काफ़ी सारिया ऑप्शन बच्चों लैके आ रहा है, जो एक वर्ड यूज़ किया पहला ऑन स्पॉट एडमिशन, हर एक मिलेगी यह जाके? देखिए जो बच्चा एलिजिबल होगा उसको डेफिनेटली चांसेज उसके रहेंगे, जिसको कंडीशनल भी मिल सकती है? नहीं, कंडीशनल ऑफर लेटर नहीं होंगे, अनकंडीशनल ऑफर लेटर होंगे, यार बच्चे सारे आ सकते हैं क्योंकि जिनके जो डाउट्स हैं वो उनके डाउट्स क्लियर हो सकते हैं। और दूसरा, कॉलेज फाइनल अथॉरिटी कॉलेज है, अगर उन्होंने कंडीशनल भी देना है तो वो दे सकते हैं। अभी जो हमारे पास है हम यही सोच रहे हैं कि भाई कंडीशनल, क्योंकि आज की डेट में यही है कि बच्चे बहुत ज़्यादा जाने वाले हैं, तो जो अभी हमने एडवर्टीजमेंट स्टार्ट भी किया तो बहुत ज़्यादा बच्चों ने अपने आप को रजिस्टर्ड भी कर लिया है, चाहे आप मेरे फेसबुक पेज पर जाकर देखो या फिर अदर्स चैनल पर या फिर क्या नाम है जो भी पेपर की न्यूज़पेपर में एडवर्टीजमेंट हो रही है, तो उससे बच्चों का बहुत ज्यादा एक तरह से करेज है, तो मुझे लगता है कि अनकंडीशनल ऑफर लेटर देंगे, बट कंडीशनल भी कॉलेज दे सकता है, आप भी ये अपॉर्चुनिटी ले सकते हैं, बशर्ते कि आपको ऑफिस में आना होगा। दो तरह के बच्चे और बैठे ने पंजाब दे विच, एक जिन्होंने हले अपलाई नहीं किया, अपलाई करना सी, देरी हो गई, ऑस्ट्रेलिया तो रिफ्यूज हो गया, न्यूजीलैंड तो, कनेडा लिए फ्रेशर्स ने, बट 15 के पास आउट ने जां 16 के पास आउट ने, ऐसे बच्चों नु की कहना चाहोगे? देखिए जी हमारे 2012 पास आउट का बच्चे का वीजा है, 15 पास आउट है 9 वरी, 16 पास आउट है 9 वरी, आपको ये बताना होगा कि आपने इस बीच किया क्या है, तो अगर ये सारी चीजें ठीक है तो आपका वीजा निकलेगा, कोई प्रॉब्लम नहीं है, 16 पास आउट की तो दिक्कत ही नहीं है। अच्छा रिफ्यूज के सन के भी ले रहे हो तुसी, जेड़े एक या दो बार रिफ्यूज हो गए, पंजाब दी एडवर्टाइजमेंट तां ये करिए कि 3-3 बार या 4 बार वीजा आ जाता है, नो डाउट आया भी हैगा, सक्सैस रेट किन्ना है हुण किसी दे कंसलटेंट दे ढिड च नहीं वड़ेगा जां कोई डाटा शेयर नहीं करता अपना ना, भी 100 पिछे मेरे किन्ने आए, जो भी आए पर आ रहे ने, तुसी की समझदे हो कि रिफ्यूज के सानू किन्ना चांस लेना चाहिए? देखिए जो बच्चे रिफ्यूज हैं उनको 100% चांस लेना चाहिए, और देखो रिफ्यूजल के रीजंस क्या है पहले ये देखने होते हैं। एक बच्चा 5 बैंड लेके बैठा है, 5.5 बैंड लेके है, तो मैं उसको तो डिमोरलाइज ही करूंगा कि मत अप्लाई करो, आप आईएलटीएस इंप्रूव करो तब आप अप्लाई करो, लेकिन वो बच्चे जो 6 बैंड के साथ हैं, 6.5 बैंड के साथ हैं, 7 बैंड के साथ हैं, रिफ्यूज हो गया, परसेंटेज के कारण रिफ्यूज हुआ है, चाहे किसी और कारण से रिफ्यूज हुआ है, नॉन रिलेवेंट कोर्स के कारण हुआ है या फाइनेंशियल को लेकर हुआ, तो मोस्ट वेलकम, नो वरी, आप आ सकते हैं। और जो हमारा सक्सेस रेट है जी, इस चीज आपके चैनल के माध्यम से बताना चाहूंगा कि अगर हम इस टाइप की कोई फाइल उठाते हैं 90% एंड अबव उसका सक्सेस रेट रहता है। उसके पीछे रीजन ये है कि पूरी टीम इस पर वर्क करती है, मतलब इस टाइप का स्टूडेंट जो आता था, सबसे पहले कोई भी मेरा काउंसलर इनरोल करता है, सबसे पहले मेरे से मतलब वो प्रोफाइल डिस्कस होती है कि सर ये बच्चे का रिफ्यूजल है तो किस कारण से, ये रिफ्यूजल रीजंस है तो इसका किया क्या जाए, तो फिर हम मैं स्टूडेंट अपने स्टाफ को गाइड करता हूँ कि इसमें किस टाइप की पॉसिबिलिटीज बनती है। लेकिन ये है कि भाई तुक्का नहीं मारते, हमें ये लगता है कि इस बच्चे का हम वीजा ले सकते हैं तो हम पूरी कोशिश करते हैं। जी प्रदीप जी, जिम्मे कैनेडा की गल हो रही है इस वक्त, जी सीट्स मिलनगियाँ बच्चों को, जे बच्चे जाएंगे तो सैमीनार 15 तरीक एक बार फिर असं अनाउंस कर देगा ऑन स्पॉट एडमिशन का उपराला वैसनो ओवरसीज वालों किया गया, चंडीगढ़ 35 का ऑफिस जो उ कर रहे हो, 3-5 के कर रहे हैं, मंडे को आज जनवरी जी है 15 पैनी है, सोमवार के दिन 3-4 दिन ही रह गए, अभी वीरवार का दिन है,
ਉੱਥੇ ਜਾ ਕੇ ਤੁਸੀਂ ਔਨ ਸਪੋਟ ਐਡਮਿਸ਼ਨ ਲੈ ਸਕਦੇ। ਐਡਮਿਸ਼ਨ ਇਹ ਮਈ ਇਨਟੇਕ ਦੀਆਂ ਸੀਟਾਂ ਕੱਢ ਰਹੇ ਨੇ, ਮਈ ਔਰ ਸੈਪਟੰਬਰ ਦੋਨੋਂ, ਮਈ ਅਤੇ ਸੈਪਟੰਬਰ ਜੀ ਦੋਵੇਂ। ਸੈਪਟੈਂਬਰ ਵਾਲੇ ਲਈ ਵੀ ਪੋਸੀਬਿਲਿਟੀ ਹੈ ਕਿ 30 ਜਨਵਰੀ ਤੋਂ ਪਹਿਲਾਂ ਫਾਈਲ ਲਾ ਦਿਓ? ਦੇਖੀਏ ਮੈਂ ਨਹੀਂ ਸਲਾਹ ਦੂੰਗਾ ਕਿ ਉਸਕੋ ਅਭੀ ਫਾਈਲ ਅਪਲਾਈ ਕਰਨੀ ਚਾਹੀਏ, ਕਿਉਂਕਿ ਅਭੀ ਤੋ ਜੋ ਇਮੀਗ੍ਰੇਸ਼ਨ ਹੈ ਜੋ ਹਾਈ ਕਮਿਸ਼ਨ ਹੈ ਵੋ ਸੈਪਟੰਬਰ ਕੀ ਬਜਾਏ ਮਈ ਇਨਟੇਕ ਕੇ ਲੀਏ ਵਰਕ ਕਰ ਰਹੀ ਹੈ, ਤੋ ਮਈ ਜੈਸੇ ਸਟਾਰਟ ਹੋਗਾ ਤਬ ਅਗਰ ਸੈਪਟੰਬਰ ਕੀ ਡਿਲੇ ਤੇ ਇਟ ਵਿਲ ਬੀ ਮੋਰ ਬੈਟਰ ਜੀ। ਅੱਛਾ ਪ੍ਰਦੀਪ ਜੀ, ਬਿਲਕੁਲ ਲੱਗਦਾ ਦੇਸ਼ US ਕਰੇਜ਼ ਓਨਾ ਹੀ ਰਿਹਾ, ਇੰਟਰਵਿਊ ਦੇ ਕਾਰਨ ਥੋੜ੍ਹਾ ਜਿਹਾ ਸਿਸਟਮ ਘਟਿਆ ਹੋਇਆ, ਕੇਰਲਾ ਔਰ ਗੁਜਰਾਤ ਦੇ ਲੋਕ ਜ਼ਿਆਦਾ ਉੱਥੇ ਜ਼ਿਆਦਾ ਬੈਠੇ ਨੇ, ਸਾਡੀ ਸਮੱਸਿਆ ਰਹੀ ਹੈ ਕਿ ਅਸੀਂ ਇੰਟਰਵਿਊ ਪਾਸ ਨਹੀਂ ਕਰ ਪਾਏ ਜਾਂ ਕਿਸੇ ਹੋਰ ਦੀ ਹੋਰ ਤਰੀਕੇ ਦੀ ਸਾਡੀ ਛਵੀ US ਅੰਬੈਸੀ 'ਚ ਮਾੜੀ ਰਹੀ ਹੈ। ਬਟ ਬਹੁਤ ਸਾਰੇ ਕਾਲਜਾਂ ਨੇ ਉਪਰਾਲਾ ਕੀਤਾ, ਇੱਥੇ ਆ ਕੇ ਬੱਚਿਆਂ ਨੂੰ ਚੱਕ ਰਹੇ ਨੇ, ਉਹਨਾਂ ਦੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਘੱਟੋ ਘੱਟੀ ਹੌਸਲਾ ਤਾਂ ਦਈਏ, ਚੱਕ ਚੱਕ ਕੇ ਐਡਮਿਸ਼ਨਸ ਪਾਈਏ, ਉਹਨਾਂ ਨੂੰ ਸਮਝਾਈਏ, I-20 ਬਾਰੇ ਦੱਸੀਏ, ਆਇਲਸ ਬਾਰੇ ਦੱਸੀਏ, GRE GMAT SAT ਬਾਰੇ ਦੱਸੀਏ। ਸੋ ਇਹ ਉਪਰਾਲਾ ਜਿਹੜਾ ਹੈਗਾ ਥੋੜ੍ਹਾ ਥੋੜ੍ਹਾ US ਵੱਲੋਂ ਸ਼ੁਰੂ ਹੋ ਗਿਆ। ਇਸ ਦੌੜ ਦੇ ਵਿੱਚ ਵੈਸਟਰਨ ਓਵਰਸੀਜ਼ ਨੇ ਵੀ ਆਪਣਾ ਕਦਮ ਪੁੱਟਿਆ, ਪਹਿਲਾਂ ਵੀ ਇਹਨਾਂ ਵੱਲੋਂ ਅਕਸਰ ਬਹੁਤ ਸਾਰੇ ਐਕਸਕਲੂਸਿਵ ਟਾਈਅਪਸ ਵਾਲੀਆਂ ਜਿਹੜੀਆਂ ਯੂਨੀਵਰਸਿਟੀ ਦੇ ਕਾਲਜ ਨੇ ਉਹ ਰੂਬਰੂ ਕੀਤੇ ਜਾਂਦੇ ਰਹੇ ਨੇ। ਜਿਹੜਾ ਅੱਜ ਤੁਸੀਂ 16 ਤਰੀਕ ਦਾ ਰੱਖਿਆ ਹੈਗਾ, ਇਹਦੇ ਬਾਰੇ ਥੋੜ੍ਹਾ ਦੱਸੋ ਕਿ ਕਿਹੜਾ ਕਾਲਜ ਹੈ ਔਰ ਕਿੱਥੇ ਬੱਚੇ ਇਸ ਨੂੰ ਮਿਲ ਸਕਦੇ? ਦੇਖੇ ਜੀ, US ਕਾ ਕਾਲਜ ਆ ਰਿਹਾ, ਗੌਰਮੈਂਟ ਕਾਲਜ ਹੈ, ਕਮਿਊਨਿਟੀ ਕਾਲਜ ਆਫ ਸਪੋਕੇਨ ਜੀ। ਤੋ ਇਸ ਕੀ ਆਪਣਾ ਕਿਆ ਨਾਮ ਹੈ, ਕਮਿਊਨਿਟੀ ਕਾਲਜ ਸਪੋਕੇਨ ਕੀ ਮਿਸ ਟੈਰੀਨਾ ਐਲਨ ਆ ਰਹੀ ਹੈ, ਜਿਸ ਕੀ ਡੈਜਿਗਨੇਸ਼ਨ ਹੈ ਗਲੋਬਲ ਐਜੂਕੇਸ਼ਨ ਰਿਕਰੂਟਰ ਜੀ। ਵਾਸ਼ਿੰਗਟਨ ਕਾ ਯੇ ਸਟੇਟ ਕਾ ਯੇ ਆਪਣਾ ਕਿਆ ਨਾਮ ਹੈ ਕਾਲਜ ਹੈ ਔਰ ਸਪੋਕੇਨ ਸਿਟੀ ਹੈ, ਸਪੋਕੇਨ ਸਿਟੀ ਮੇਂ ਯੇ ਇਸਟੈਬਲਿਸ਼ਡ ਹੈ, 50 ਸਾਲ ਪੁਰਾਣਾ ਕਾਲਜ ਹੈ। ਇਨਕੇ ਪਾਸ 120 ਸੇ ਜ਼ਿਆਦਾ ਪ੍ਰੋਗਰਾਮ ਹੈ, ਅੰਡਰ ਗ੍ਰੈਜੂਏਟ ਪ੍ਰੋਗਰਾਮ, ਤੋ ਯਹਾਂ ਪੇ ਅੰਡਰ ਗ੍ਰੈਜੂਏਟ ਵਾਲੇ ਬੱਚੇ ਵੀ ਜਾ ਸਕਤੇ ਹੈ ਔਰ ਜੋ ਇਨ ਬੱਚੋਂ ਨੇ ਗ੍ਰੈਜੂਏਸ਼ਨ ਕਰ ਰੱਖੀ ਹੈ ਵੋ ਵੀ ਆਗੇ ਫਰਦਰ ਡਿਪਲੋਮਾ ਕੇ ਲੀਏ ਜਾ ਸਕਤੇ ਹੈ। ਇਨਕੇ ਬਾਅਦ ਡਿਪਲੋਮਾ ਹੈ, ਇਨਕੇ ਪਾਸ ਆਪਣਾ ਐਸੋਸੀਏਟ ਡਿਗਰੀ ਹੈ ਔਰ ਇਸਕੇ ਇਲਾਵਾ ਯੇ ਕੁਛ ਯੂਨੀਵਰਸਿਟੀਜ਼ ਹੈ ਜਿਨਕੇ ਸਾਥ ਇਨਕਾ ਟਾਈਅਪਸ ਹੈ, ਜਿਨਮੇਂ ਯੇ ਜਾ ਸਕਤੇ ਹੈ, ਜੋ ਬੱਚੇ ਐਸੋਸੀਏਟ ਡਿਗਰੀ ਕਰਤੇ ਹੈ ਤੋ ਵੋ ਆਗੇ ਫਰਦਰ ਜਾ ਸਕਤੇ ਹੈ। ਇਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਡਿਪਲੋਮਾ ਲੀਡਿੰਗ ਟੂ ਡਿਗਰੀ ਵਰਗਾ ਪ੍ਰੋਗਰਾਮ, ਐਸੋਸੀਏਟ ਡਿਗਰੀ ਜਿਹੜੀ ਹੈਗੀ ਹੈ, ਐਸੋਸੀਏਟ ਡਿਗਰੀ ਕਰਨ ਦੇ ਬਾਅਦ ਤੁਸੀਂ ਕਿਤੇ ਇੰਸਟੀਚਿਊਟ ਕਰ ਲਿਆ ਰਿਲੇਟਡ ਦੇ ਵਿੱਚ ਕੁਝ ਕਿਤੇ ਕਰ ਲਿਆ, ਐਸੋਸੀਏਟ ਡਿਗਰੀ ਕਰਨ ਦੇ ਬਾਅਦ ਦੇ ਟ੍ਰਾਂਸਫਰ, ਠੀਕ ਹੈ, ਜਿਸਮੇ ਕੈਰਲ ਕਾਲਜ ਹੈ, ਇਸਕੇ ਇਲਾਵਾ ਈਸਟਰਨ ਵਾਸ਼ਿੰਗਟਨ ਯੂਨੀਵਰਸਿਟੀ ਹੈ, ਇਸਕੇ ਇਲਾਵਾ ਨੌਰਦਰਨ ਐਰੀਜ਼ੋਨਾ ਯੂਨੀਵਰਸਿਟੀ ਹੈ, ਯੂਨੀਵਰਸਿਟੀ ਆਫ ਲਾਦੋ ਹੈ, ਯੂਨੀਵਰਸਿਟੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਹੈ, ਵੈਸਟਰਨ ਵਾਸ਼ਿੰਗਟਨ ਯੂਨੀਵਰਸਿਟੀ ਹੈ ਔਰ ਵਿਥ ਵਰਥ ਯੂਨੀਵਰਸਿਟੀ ਹੈ, 7-8 ਯੂਨੀਵਰਸਿਟੀਜ਼ ਹੈ ਜਿਨਕੇ ਸਾਥ ਇਨਕਾ ਟਾਈਅਪਸ ਹੈ ਕਿ ਐਸੋਸੀਏਟ ਡਿਗਰੀ ਕਰਨ ਕੇ ਬਾਅਦ ਡਾਇਰੈਕਟ ਬੈਚਲਰਸ ਬੱਚਾ ਕਰ ਸਕਤਾ ਹੈ ਔਰ ਫੀਸ ਵੀ ਬਹੁਤ ਕਮ ਹੈ ਜੀ, 9,494 ਸਮਥਿੰਗ ਹੈ, ਤਕਰੀਬਨ 9,495 US ਡੋਲਰ ਹੈ, ਤੋ ਕਹਿਣੇ ਕਾ ਮਤਲਬ ਇਹ ਤਕਰੀਬਨ 6-6 ਲੱਖ ਰੁਪਏ ਫੀਸ ਪੜਤੀ ਹੈ, ਤੋ 6 ਮੰਥ ਕੀ ਫੀਸ ਆਪ ਦੇ ਕੇ ਜਾ ਸਕਤੇ ਹੋ। 5.5 ਬੈਂਡ ਪੇ ਹਮ ਬੱਚੇ ਕੋ ਇਨਵਾਈਟ ਕਰ ਰਹੇ ਹੈ, ਜਿਸ ਬੱਚੇ ਕੇ 5.5 ਬੈਂਡ ਹੈ, 50% ਪਰਸੈਂਟੇਜ ਮਾਰਕਸ ਜਿਸਕੇ 50% ਐਂਡ ਅਬੋਵ ਹੈ, ਤੋ ਦੇ ਕੈਨ ਇਨਰੋਲ ਦਾ ਸਟੂਡੈਂਟਸ, ਵੀ ਕੈਨ ਇਨਰੋਲ ਦਾ ਦਿਸ ਟਾਈਪ ਆਫ ਸਟੂਡੈਂਟਸ। ਔਰ ਯੇ ਜੋ ਕਾਲਜ ਕਾ ਸੈਮੀਨਾਰ ਹੋ ਰਿਹਾ ਹੈ, ਕਮਿਊਨਿਟੀ ਕਾਲਜ ਆਫ ਸਪੋਕੇਨ ਕਾ, ਯੇ ਚੰਡੀਗੜ੍ਹ ਆਫਿਸ ਮੇਂ ਹੋ ਰਿਹਾ ਹੈ 16 ਤਾਰੀਖ ਕੋ, 15 ਤਾਰੀਖ ਕੋ ਹਮਾਰਾ ਕੈਨੇਡਾ ਕਾ ਔਨ ਸਪੋਟ ਐਡਮਿਸ਼ਨ ਹੈ ਔਰ 16 ਤਾਰੀਖ ਕਾ ਹਮਾਰਾ US ਕਾ ਔਨ ਸਪੋਟ ਐਡਮਿਸ਼ਨ ਹੈ, ਟਾਈਮਿੰਗ ਸੇਮ ਰਹੇਗੀ 3-5, ਤੋ ਆਪ ਯੂਨੀਵਰਸਿਟੀ ਜੀ ਆਫਿਸ ਕੇ ਅੰਦਰ ਔਰ ਆਫਿਸ ਵੈਸਟਰਨ ਕਾ ਜੋ ਨੈਕਸਟ ਡੇ ਔਰ ਆਫਿਸ ਕਾ ਜੋ ਵੈਸਟਰਨ ਕਾ ਆਫਿਸ ਹੈ ਵੋ ਸੈਕਟਰ 35C ਮੈਂ ਜੀ, ਨਿਕ ਬੇਕਰ ਰੈਸਟੋਰੈਂਟ ਕੇ ਉੱਪਰ 2nd floor ਪੇ, ਤੋ 3 ਵਜੇ ਸੇ ਲੈਕੇ 5 ਵਜੇ ਤੱਕ ਆਪ ਮਿਸ ਟੈਰੀਨਾ ਸੇ ਮਿਲ ਸਕਤੇ ਹੈ ਔਰ ਔਨ ਸਪੋਟ ਐਡਮਿਸ਼ਨ ਆਪ ਲੈ ਸਕਤੇ। ਪ੍ਰਦੀਪ ਜੀ ਇੱਕ ਚੀਜ਼ ਦੱਸੋ, ਕੈਨੇਡਾ ਦਾ ਕਾਲਜ ਵੀ ਆ ਰਿਹਾ, 6 ਬੈਂਡ ਤੋਂ ਘੱਟ ਐਡਮਿਸ਼ਨ ਨਹੀਂ ਮਿਲਣੀ, ਨੋਟ ਲੈਸ ਦੈਨ 5.5, ਬਟ ਜਿਹੜੇ ਬੱਚੇ ਦੀ 50 ਅਤੇ ਪਲੱਸ ਨੰਬਰ ਨੇ, 55, 54, 56, 57, ਉਹਨਾਂ ਨੂੰ ਜ਼ਿਆਦਾ ਸੁਜੈਸ਼ਨ ਕੀ ਹੈ ਤੁਹਾਡੀ US ਔਰ ਕਾਲਜ ਕੈਨੇਡਾ ਦਾ? ਠੀਕ ਹੈ, ਡਿਪੈਂਡ ਕਰਦਾ ਕਿ ਬੱਚੇ ਕਾ ਟੇਸਟ ਕਾ ਹੈ, ਅਗਰ ਕੈਨੇਡਾ ਜਾਏਗਾ ਤੋ ਵਿਦਆਊਟ ਇੰਟਰਵਿਊ ਕੇ ਚਾਂਸਿਸ ਹੈ, US ਜਾਏਗਾ ਤੋ ਇੰਟਰਵਿਊ ਫੇਸ ਸਵਾਲ ਪਰਸੈਂਟੇਜ ਦਾ ਦੇ ਰਿਹਾ ਮੈਂ, ਪਰਸੈਂਟੇਜ ਪਰਸੈਂਟੇਜ ਕੇ ਸਾਥ ਸਾਥ ਮੈਨੂੰ ਇਹ ਵੀ ਦੇਖਣਾ ਹੈ ਨਾ ਕਿ ਉਸਕੀ IELTS ਮੇਂ ਸਕੋਰ ਕਿਤਨਾ ਹੈ, ਅਗਰ ਬੱਚੇ ਕੀ 50-55% ਮਾਰਕਸ ਔਰ 5.5 ਬੈਂਡ ਹੈ ਤੋ ਉਹ ਤੋ ਬੱਚਾ US ਹੀ ਜਾਏ, ਕਿਉਂਕਿ ਉਹ ਐਲੀਜੀਬਲ ਤੋ ਹੈ, ਯੂਨੀਵਰਸਿਟੀ ਜਾਂ ਕਾਲਜ ਆਇਆ ਹੋਇਆ ਉਹ ਆਫਰ ਤੋ ਦੇ ਰਿਹਾ ਹੈ, ਲੇਕਿਨ ਅਗਰ ਬੱਚੇ ਕੇ 50-55% ਮਾਰਕਸ ਹੈ ਔਰ IELTS ਮੇਂ ਸਕੋਰ 6 ਹੈ, ਤੋ ਦੇ ਕੈਨ ਗੋ ਕੈਨੇਡਾ ਆਲਸੋ। ਤੋ ਆਜ ਕੀ ਡੇਟ ਮੇਂ ਨੋ ਡਾਊਟ ਕਿ ਕੈਨੇਡਾ ਕਾ ਜ਼ਿਆਦਾ ਹੈ, ਕੈਨੇਡਾ ਬੱਚਾ ਜ਼ਿਆਦਾ ਜਾ ਰਿਹਾ ਹੈ, ਕਿਉਂਕਿ 2 ਈਅਰ ਕੀ ਸਟੱਡੀ ਕੇ ਬਾਅਦ 3 ਈਅਰ ਕਾ ਵਰਕ ਵੀਜ਼ਾ ਹੈ, ਤੋ ਲੇਕਿਨ ਵੈਸਟਰਨ ਓਵਰਸੀਜ਼ ਹਰ ਇੱਕ ਕੰਟਰੀ ਮੇਂ ਡੀਲ ਕਰਤਾ ਹੈ, ਟਾਈਮ ਟੂ ਟਾਈਮ ਇਸ ਟਾਈਪ ਕੇ ਸੈਮੀਨਾਰਸ ਲੈ ਕੇ ਹਮ ਹਰ ਬਾਰ ਆਤੇ ਹੈ, ਤੋ ਦੋਨੋਂ ਕੇ ਲਈ ਅਬ US ਵਾਲੇ US ਜਾ ਰਹੇ ਹੈ, ਕੈਨੇਡਾ ਵਾਲੇ ਕੈਨੇਡਾ ਜਾ ਰਹੇ ਹੈ, ਤੋ ਦੋਨੋਂ ਕੋ ਹਮ ਡਿਫਰੈਂਸ਼ੀਏਟ ਨਹੀਂ ਕਰ ਸਕਤੇ, ਦੋਨੋਂ ਕੋ ਦੋਨੋਂ ਕੰਟਰੀ ਮੈਂ ਇਸ ਕਰਕੇ ਸਵਾਲ ਪੁੱਛ ਰਿਹਾ ਕਿ ਬਹੁਤ ਬੱਚੇ ਕਨਫਿਊਜ਼ ਹੁੰਦੇ ਨੇ ਕਿ ਬੈਂਡ 6 ਨੇ, ਨੰਬਰ 55% ਹੈ, ਕੀ ਕਰਾਂ,
ਜੇ ਕੈਨੇਡਾ ਕਰੂੰਗਾ ਆਉਣ ਦੇ ਚਾਂਸਸ ਹੈਗੇ ਆ ਜਾਂ ਫਿਰ ਮੈਂ ਸਿੱਧਾ US ਨੂੰ ਟਰਾਈ ਕਰ ਲਾਂ? देखो अब ये आप मेरी बजाय अब स्टूडेंट से पूछे थे, इट विल बी मोर बेटर कि भाई आपका इंटरेस्ट कहाँ है, कनाडा जाना है तो कनाडा ही जाओ। मैं लगता स्टूडेंट का इंटरेस्ट कनाडा या यूएस नहीं, कनाडा वो तो बाहर मन मार के नहीं जाना चाहिए। कनाडा इंटरेस्ट है, एलिजिबल हो जाइए। अगर आप ऑस्ट्रेलिया अपना यूरोप के लिए ये सॉरी अपना क्या नाम है यूएस के लिए एलिजिबल हो तो आप वहां जाइए, तो जहां आपका इंटरेस्ट है वहां जाइए। अदरवाइज फिर नेक्स्ट आता है हम पे कि भाई कहाँ वीजा लग सकता है कहाँ नहीं लग सकता है। अगर बच्चा कॉन्फिडेंट है US जाना चाहता है डेफिनेटली जाना चाहिए। बच्चे के बैंड 6 है, 6.5 है, 7 है, लेकिन बच्चा कॉन्फिडेंट नहीं है, कम्युनिकेशन स्किल्स अच्छी नहीं है, तो मैं कभी नहीं कहूंगा कि उसको US जाना चाहिए, क्योंकि US में इंटरव्यू फेस करना पड़ता है बच्चे को। तो लेकिन अगर आप कॉन्फिडेंट है 5.5 बैंड पे कॉन्फिडेंट है तो गो एड, नो वरी, आपका वीजा निकल सकता है। अच्छा प्रदीप जी, किस तरह के प्रोग्राम US दे कम्युनिटी कॉलेज स्पोकन कॉल किस तरह के प्रोग्राम? 120 प्रोग्राम है इनके पास, जिसमें यूजी और पीजी यूजी प्रोग्राम जिसमें नर्सिंग से रिलेटेड भी हैं, हेल्थ केयर से रिलेटेड भी हैं, कॉमर्स बिजनेस से रिलेटेड भी हैं, नॉन मेडिकल आईटी इलेक्ट्रिकल मैकेनिकल से रिलेटेड भी हैं, तो सारे टाइप के प्रोग्राम्स यहाँ पे हैं जी। सो एक बार फिर तुम दस दिए क्योंकि इस तो बाद ना सी मेरखल कुछ जड़ियां बाइट्स ने जी बाइट्स है मिस टेरिना ट्रीना की, तो वो इनवाइट करना चाहेगी सब स्टूडेंट्स, हर स्टूडेंट्स लिए उन्होंने एक मैसेज है स्टूडेंट्स नु के क्यों जड़ा हैगा कम्युनिटी कॉलेज जड़ा हैगा स्पोकेन हैगा ओदी की फैसिलिटीज़ रहनगियाँ, क्यों उन्होंने जा आना चाहिए सैमीनार दे विच। पर उस तो पहले एक चीज़ तुम दस दिए कि जिवें प्रदीप जी ने कहा कि अपनी प्रोफाइल एक बार थोड़ी जी चैक करके चले जाओ कि एलिजिबिलिटी ने जिहड़ियां उन्होंने मीट होनी चाहिए। 6 बैंड हैगे तो कैनेडा वाल मूव कर लो, 6 बैंड हैगे परसेंटेज घट है तो US वाल मूव कर सकते हो। बट जी प्रदीप जी ने यह भी गल की अपना मन बना के आना है, बहुत माड़िया प्रोफाइल्स दोवें कॉलेजों नूं ना मिलन, 5-5 बैंड वाले बच्चे प्लीज़ शिरकत न करन, वर्क परमिट वाले शिरकत न करन, 6 बैंड वाले ही शिरकत करन, 55% के नेड़े तेड़े नंबर होन, एक दो बार रिफ्यूज़ हो तो भी जिहड़ा है इस प्रोग्राम के शमूलियत जी कर सकते हो। बाइट्स ने जी, बाइट्स तो बाद थोड़ी जी गल करेंगे कि US का जिहड़ा इनटेक है वो किस इनटेक की गलबात होएगी और किन्ने दिन के I-20 जी बच्चे मिल जानी है। हैलो, माय नेम इज़ केन बर्ट, आई एम द प्रेजिडेंट एट नॉर्थवेस्ट कम्युनिटी कॉलेज। आई वुड लाइक टू इनवाइट यू टू मीट द नॉर्थवेस्ट कम्युनिटी कॉलेज टीम एंड मायसेल्फ ऑन मंडे January the 15th, 2018 at Western Overseas. We're looking forward to seeing you there. Hi everybody, my name is Trina Allen and I'm coming to you today from Spokane, Washington, USA. We are in the northwest part of the United States and very soon I will be in India talking with you about your study abroad options. Most specifically, I'd like to share information with you about why you should choose a community college for your study abroad choice. So join me in Chandigarh on January 16th from 3 to 5 p.m. with Western Overseas. See you there. सो मैसेज सीगा जी, बच्चों इनविटेशन का सद्दा सीगा ट्रेनर वालों जो कि US दे कम्युनिटी कॉलेज दे रिप्रेजेंटेटिव ने बतौर इंडिया दे विच आ रहे ने, वक् वक् स्टूडेंट्स नू इनवाइट कर रहे ने। एक किस इनटेक दी तैयारियां होंगी और I-20 कितना टाइम लाएगी आने दे विच? देखिए इनके पास इनटेक काफ़ी हैं, तकरीबन 4-5 इनटेक बनते हैं साल के, तो अभी हम अप्रैल के लिए वर्क कर रहे हैं, अप्रैल के बाद जुलाई है, जुलाई के बाद सेप्टेम्बर, सेप्टेम्बर के बाद फिर जैन है। ऑफर लेटर आपको 3-4 दिन के अंदर, हफ्ते के अंदर मिल जाएगा। I-20 की बात करें तो हफ्ते 7 दिन से लेकर 10 दिन तक मैं स्टूडेंट्स को एडवाइज करूंगा, और जो फाइल एम्बेसी में जा सकती है तकरीबन 15-20 दिन के अंदर जा सकती है जी, 15-20 दिन के बीच जी जी। कैनेडा रिफ्यूजल बच्चों की सुजेस्ट कर दूँ US लिए, कोई दिक्कत है आ सकती है? मैं एक रिक्वेस्ट करना चाहूँगा, आप कनाडा रिफ्यूज़ हैं US जाना चाहते हैं, US रिफ्यूज़ है कनाडा जाना चाहते हैं, आप अपने कंसल्टेंट से हाइड मत करिए। और कोई भी कंसल्टेंट ये कहे कि जी हम आपकी इन्फॉर्मेशन एम्बेसी को नहीं देंगे तो आप वहाँ से फाइल मत लगाइए, खासकर कनाडा और ऑस्ट्रेलिया की बात कर रहा हूँ, कनाडा और US की बात कर रहा हूँ। अगर US रिफ्यूज़ है तो कनाडा वालों को बता दो, US कनाडा रिफ्यूज़ है तो US वालों को बता दो। मैं एक यहाँ पे वाक्य बताऊंगा, तकरीबन आज से 3-4 साल पहले की बात है, मेरे एक स्टूडेंट ने मेरे से ऐसी चीज़ें हाइड की थी, उसने दिल्ली से कनाडा की फाइलें लगाई, अपना US की फाइल लगवाई थी और उसका रिफ्यूज़ल थे 3-4 बार, और फिर हम उसकी कनाडा की लगा रहे थे, तो उसने हमें ये बताया कि जी मैं कहीं से भी रिफ्यूज़ नहीं हूँ।
उस स्टूडेंट का 100% रिफ्यूजल आया इस बात पे कि जी आपने हाइड किया है, आपने यूएस रिफ्यूजल थी हमें नहीं बताई है। तो इनके आपस में ट्रांसपेरेंट है, ये अपने इनकी इन्फॉर्मेशन शेयर होती है। मेरी आपसे रिक्वेस्ट है कि कभी भी ऐसी चीजें हाइड मत करिए। अगर आप यूएस रिफ्यूज है, कनाडा में अप्लाई करना चाह रहे हैं, तो पहले बता दीजिए, वीजा आ जाएगा, ठीक है। कनाडा रिफ्यूज है, यूएस डाल रहे हैं, पहले बता दीजिए, चांसेस विल बी देयर, वीजा निकल सकता है, इस बात पर आपकी रिफ्यूजल नहीं आएगी फिर जी। वैस्टर्न ओवरसीज वालों 15-16 तरीक नूं दो उपराले ने। पहला हैगा जी ऑन स्पॉट एडमिशन है कैनेडा दी, मंडे नूं 15 जनवरी है। इहदे विच 3 to 5 चंडीगढ़ दा ऑफिस वैस्टर्न ओवरसीज़ दा, जिहदे विच नॉर्थ वैस्ट कम्यूनिटी कॉलेज जिहड़ा कि नॉन एस पी पी कॉलेज है, ब्रिटिश कोलंबिया दा बट बड़ा फेमस कॉलेज है। जिहड़े विद्यार्थी रिफ्यूज़ हो गए दोबारा एस पी पी नहीं ला सकते, इहदे विच मौका लै सकते हैं, जां जिन्हां नूं लगदा कि एस पी पी च एडमिशन नहीं हो पा रही 30 जनवरी तो पहलां फाइल लाउणी चाहुंदे, इत्थे जाके तुसीं शिरकत कर सकदे हो। कम्यूनिटी कॉलेज ऑफ स्पोकेन यूएस वाले बच्चे 5.5 तो उपर बैंड होण, जां 5.5 होण, या 55% नंबर होण, इन्हां ऑप्शनस दे नाल जाके तुसीं 5.5-55% दे नाल अपनी एडमिशन जिहड़ी हैगी लै सकदे हो, I-20 जिहड़ी लै सकदे हो, 15-20 दिन दे विच अपनी फाइल जिहड़ी पा सकदे हो। साडे कोल बहुत सारियां चीज़ां असीं डिस्कस कर लईआं, फिर भी कोई सवाल ऐसा रह जांदा जिहड़ा तुसीं वैस्टर्न ओवरसीज़ या साडे नाल सांझा करना चाहुंदे तो तुसीं कॉन्टैक्ट कर सकदे हो। प्रदीप जी, कुछ खास चलदे चलदे मैं यही कहना चाहूँगा जी कि 15 तारीख को आप मेरे से प्लस में जो डेलीगेट्स हैं नॉर्थ वेस्ट कम्युनिटी कॉलेज के, जिसमें मिस्टर कैनबर्ट और मिस्टर डेरिक हैं, ये आ रहे हैं 3-6-5, तो आपको ऑन स्पॉट एडमिशन के भी चांसेज हैं और जितने भी डाउट्स हैं वो सारी चीज़ें पता कर सकते हो, आप फेस टू फेस मिल सकते हो। और इसके अलावा नेक्स्ट डे 16 तारीख को दिन मंगलवार 3 बजे से 5 बजे तक आप मिस्टर इना से मिल सकते हैं, जिसमें कम्युनिटी कॉलेज स्पोकेन है, तो इसमें 120+ प्रोग्राम है, 5.5 बैंड, 50% मार्क्स, 1-2 साल का गैप है, कोई प्रॉब्लम नहीं, आप मिल सकते हैं, आपके चांसेस रहेंगे, और उधर से अगर आप कॉन्फिडेंट है तो आपका वीजा भी निकले। बहुत बहुत मेहरबानी प्रदीप जी स्टूडियो में आने लिए और बच्चों को ऑप्शन देने लिए कि 15 तारीख को मौके पर ऑन स्पॉट एडमिशन मिल सकती है कैनेडा की। और कॉलेज नॉर्थ वेस्ट कम्युनिटी कॉलेज जो है मन्ने पर मन्ने ब्रिटिश कोलंबिया का कॉलेज है। इस तो अलावा अगले दिन 16 तारीख को यूएसए का जो कॉलेज है कम्युनिटी कॉलेज ऑफ स्पोकेन, ये वाशिंगटन डीसी नहीं है, वाशिंगटन स्टेट जी हैगी है, उदा एक बहुत फेमस कॉलेज है, उदे विच दाखले वास्ते 16 तारीख को वैस्टर्न ओवरसीज़ के नाल संपर्क कर सकते हो। शो इत्थे खत्म कर रहे, धन्यवाद, सत श्री अकाल।